ਤੁਸੀਂ ਟੋਟਲੀ ਬਿਗ ਬਾਸ ਦੇ ਹਾਊਸ 'ਚ ਵੀ ਇੰਨਾ ਹੰਗਾਮਾ ਨਹੀਂ ਹੁੰਦਾ ਜਿੰਨਾ ਕਾਂਗਰਸ ਪਾਰਟੀ ਦੇ ਵਿੱਚ ਆ, ਜਿੰਨਾ ਇਹਨਾਂ ਨੇ ਡਰਾਮਾ ਰਚਾਇਆ ਹੋਇਆ। ਤੁਹਾਡੇ ਮੁੱਦੇ ਤਾਂ ਹਲੇ ਪਿੱਛੇ ਪਏ ਨੇ, ਇੱਧਰ ਉੱਧਰ ਦੀ ਗੱਲਾਂ ਕਿਉਂ ਕਰਦੇ ਪਏ ਹੋ? ਘਰ ਘਰ ਨੌਕਰੀ ਦੀਆਂ ਗੱਲਾਂ ਤੇ ਆ ਜਾਓ। ਤੁਸੀਂ ਕਹਿੰਦੇ ਹੋ ਫਲਾਣਾ ਬੰਦਾ ਸਹੀ ਨਹੀਂ ਲਾਇਆ, DGP ਸਹੀ ਨਹੀਂ ਲਾਇਆ, ਆਹ ਬੰਦਾ ਸਹੀ ਨਹੀਂ ਲਾਇਆ, ਬਾਕੀ ਸਹੀ ਨੇ? ਤੁਹਾਡਾ ਉੱਪਰੋਂ ਜਿਹੜੇ ਸੋਨੀਆ ਰਾਹੁਲ ਹੋਰੀ ਬੈਠੇ ਨੇ ਉਹ ਸਾਰੇ ਸਹੀ ਨੇ? ਤੁਹਾਡੇ ਨਾਲ ਜਿਹੜੇ ਕੰਮ ਕਰਦੇ ਪਏ ਉਹ ਸਹੀ ਨੇ? ਦੇਖੋ ਕਾਂਗਰਸ ਤੋਂ ਜਦੋਂ ਇਹਨਾਂ ਤੋਂ 70 ਸਾਲਾਂ 'ਚ ਕੋਈ ਕੁੰਡਲੀ ਨਹੀਂ ਵੱਜੀ, ਅੱਜ ਇਹ ਆਮ ਆਦਮੀ ਕਰ ਰਹੇ ਨੇ ਕਿ ਆਮ ਆਦਮੀ ਦੀ ਪਾਪੂਲੈਰਿਟੀ ਆ, ਲੋਕ ਆਮ ਆਦਮੀ ਦੀ ਸਰਕਾਰ ਬਣਾਉਣਾ ਚਾਹੁੰਦੇ। ਆਮ ਆਦਮੀ ਕਹਿਣ ਨਾਲ ਤੁਸੀਂ ਆਮ ਆਦਮੀ ਨਹੀਂ ਬਣੋਗੇ। ਤੁਹਾਡੀ ਕਾਂਗਰਸ ਪਾਰਟੀ ਦਾ ਸਟਾਈਲ ਕੀ ਹੈ ਸਾਰੇ ਜਾਣਦੇ ਆ। ਉਹੀ ਨਵਜੋਤ ਸਿੱਧੂ ਆਪ ਕਹਿੰਦੇ ਨੇ ਮੈਂ ਪੰਜਾਬ ਦੀ ਭਲਾਈ ਲਈ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੀ ਨਹੀਂ ਕਰਨ ਨੂੰ ਤਿਆਰ। ਜਿਹਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਉਹ ਪੰਜਾਬ ਦੀ ਭਲਾਈ ਕਿਵੇਂ ਹੋ ਸਕਦੀ ਹੈ? ਇਹਨਾਂ ਦੇ ਇਕੱਲੇ CM ਦੇ ਵਿੱਚ ਥੋੜੀ ਕਰਪਟ ਸੀ ਜਾਂ CM ਫੇਲਡ ਸੀ, ਇਹਨਾਂ ਦੇ ਆਪਣੇ ਕਾਂਗਰਸ ਪਾਰਟੀ ਦੇ MLAs ਮਿਨਿਸਟਰਸ ਕਿਹੜੇ ਬੰਦਾ ਕਿਹਨੇ ਰੈਵੋਲਿਊਸ਼ਨਰੀ ਕੰਮ ਕਰ ਦਿੱਤੇ? ਕਿਹਦਾ ਹਲਕਾ ਬੜਾ ਆਬਾਦ ਹੈ? ਕਿਹਨੇ ਬਹੁਤ ਤਕੜੇ ਕੰਮ ਕੀਤੇ ਆ? ਇਹ ਤਾਂ ਟੋਟਲੀ ਕਲੀਨ ਕਰਨ ਵਾਲੀ ਹੈ ਕਾਂਗਰਸ ਪਾਰਟੀ। ਜਿੰਨੇ ਵਾਅਦੇ ਕੀਤੇ ਸੀ ਉਹ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੇ ਪੂਰੇ ਕੀਤੇ। ਇਹੀ ਕਾਰਨ ਆ ਕਿ ਮੈਂ ਆਮ ਆਦਮੀ ਜੁਆਇਨ ਕੀਤੀ, ਇਹਨਾਂ 'ਚ ਆਸ ਹੈ ਕਿ ਇਹਨਾਂ 'ਚ ਇਮਾਨਦਾਰੀ ਦਿਖਦੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV, ਮੈਂ ਹਾਂ ਸੁਰਖਾਵ। ਦੋਸਤੋ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਅੱਜ ਦੂਜੀ ਗਰੰਟੀ ਦਿੱਤੀ ਜਾਣੀ ਹੈ ਤੇ ਇਸ ਦੇ ਨਾਲ ਪੰਜਾਬ ਦੀ ਸਿਆਸਤ ਦਾ ਸਮੀਕਰਨ ਜਿਹੜਾ ਬਦਲ ਸਕਦਾ ਹੈ। ਮੇਰੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਨਮੋਲ ਗਗਨ ਮਾਨ ਨੇ। ਮਾਂ ਸਾਹਿਬ ਕਿਵੇਂ ਦੇਖਦੇ ਹੋ, ਪਹਿਲੀ ਗਰੰਟੀ ਨੇ ਕਿਤੇ ਨਾ ਕਿਤੇ ਥੱਲੀ ਜ਼ਰੂਰ ਮਚਾਈ ਸੀ, ਬਿਜਲੀ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਆ। ਦੂਜੀ ਗਰੰਟੀ ਦੀ ਗੱਲ ਕਰ ਲਈਏ, ਸਿਹਤ ਸੇਵਾਵਾਂ ਲੈ ਕੇ ਸਮੀਕਰਨ ਕੀ ਲੱਗਦੇ ਨੇ ਭਵਿੱਖ ਦੇ ਵਿੱਚ? ਦੇਖੋ ਗਰੰਟੀ ਜਦੋਂ ਅਨਾਊਂਸ ਹੋ ਜਾਣੀ ਉਦੋਂ ਕਲੀਅਰ ਹੋ ਜਾਣਾ ਵੀ ਹੁਣ ਕਿਸ ਗੱਲ ਦੀ ਗਰੰਟੀ ਅੱਜ ਦਿੰਦੇ ਪਏ ਆ। ਤੇ ਚਾਹੇ ਹੈਲਥ ਸੈਕਟਰ ਆ, ਤੁਹਾਨੂੰ ਪਤਾ ਹੈਲਥ ਸੈਕਟਰ ਵੀ ਬਹੁਤ ਵਧੀਆ ਦਿੱਲੀ ਦੇ ਵਿੱਚ, ਜਿਸ ਤਰੀਕੇ ਉੱਥੇ ਅੱਛੇ ਹੌਸਪੀਟਲਸ ਨੇ। ਸਰਕਾਰੀ ਲੋਕ ਪ੍ਰਾਈਵੇਟ ਹੌਸਪੀਟਲ ਦੀ ਬਜਾਏ ਸਰਕਾਰੀ 'ਚ ਜਾਣਾ ਪਸੰਦ ਕਰਦੇ, ਜਿਵੇਂ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ 'ਚ ਸ਼ਿਫਟ ਹੋ ਗਏ, ਸਰਕਾਰੀ ਸਕੂਲਾਂ 'ਚ ਮਹੱਲਾ ਕਲੀਨਿਕਾ ਫਰਿਸ਼ਤਾ ਸਕੀਮ ਆ। ਸੋ ਇਸੇ ਤਰੀਕੇ ਸਾਰਾ ਕੁਝ ਪੰਜਾਬ 'ਚ ਵੀ ਹੋਣਾ ਜੀ। ਪੰਜਾਬ ਦੀ ਗੱਲ ਕਰ ਲਈਏ, ਪੰਜਾਬ 'ਚ ਨਿੱਜੀਕਰਨ ਹਸਪਤਾਲਾਂ ਦਾ ਬਹੁਤ ਵੱਡੇ ਪੱਧਰ 'ਤੇ ਗਲਬਾ ਬਹੁਤ ਵੱਡਾ ਆ, ਇੱਕ ਬਹੁਤ ਵੱਡਾ ਦਾਇਰਾ ਉਹਨਾਂ ਨੇ ਬਣਾਇਆ ਹੋਇਆ। ਕਰੋਨਾ ਦੌਰਾਨ ਦੇਖਿਆ ਕਿ 7-8 ਲੱਖ ਬਿੱਲ ਆਏ ਨੇ ਆਮ ਲੋਕਾਂ ਦੇ, ਇਸ ਚੀਜ਼ ਨੂੰ ਕਿਵੇਂ ਤੋੜੋਗੇ? ਇੱਕ ਦਿਨ ਦੀ ਖੇਡ ਤਾਂ ਹੈ ਨਹੀਂ ਗੀ। ਹਾਂਜੀ, ਇੱਕ ਦਿਨ ਦੀ ਖੇਡ ਕੋਈ ਵੀ ਚੀਜ਼ ਨਹੀਂ ਹੁੰਦੀ ਕਿਉਂਕਿ ਕੋਈ ਜਾਦੂਗਰ ਨਹੀਂ ਆ। ਬਟ ਇਹ ਆ ਵੀ ਜਿਵੇਂ ਦਿੱਲੀ 'ਚ ਲੋਕ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ 'ਚ ਗਏ ਆ, ਜਦੋਂ ਤੁਹਾਨੂੰ ਇੱਕ ਸਰਕਾਰੀ ਸਕੂਲ 'ਚ ਸਰਕਾਰੀ ਹੌਸਪੀਟਲ ਦੇ ਵਿੱਚ ਅੱਛਾ ਡਾਕਟਰ ਮਿਲ ਰਿਹਾ, ਉੱਥੇ ਅੱਛੀ ਨਰਸਿੰਗ ਮਿਲਦੀ ਪਈ ਆ, ਤੁਹਾਨੂੰ ਸਾਰੀਆਂ ਦਵਾਈਆਂ ਮਿਲ ਰਹੀਆਂ, ਚੰਗਾ ਹਾਈਜੀਨ ਲੈਵਲ ਆ, ਅੱਛਾ ਹੌਸਪੀਟਲ ਆ, ਤਾਂ ਫ੍ਰੀ ਮਿਲ ਰਿਹਾ ਸਭ ਤੋਂ ਵੱਡੀ ਗੱਲ। ਤਾਂ ਕੋਈ ਵੀ ਬੰਦਾ, ਤੁਹਾਨੂੰ ਪ੍ਰਾਈਵੇਟ ਹਸਪੀਟਲ ਦੇ ਲੈਵਲ ਦੀਆਂ ਫੈਸਿਲਿਟੀਜ਼ ਮਿਲ ਰਹੀਆਂ, ਕੋਈ ਵੀ ਬੰਦਾ ਮੈਨੂੰ ਨਹੀਂ ਲੱਗਦਾ ਫਿਰ ਸਰਕਾਰੀ ਹਸਪਤਾਲ 'ਚ ਜਾਊਗਾ, ਉਹ ਪ੍ਰਾਈਵੇਟ 'ਚ ਹੀ ਰਹੂਗਾ, ਆਪਣਾ ਸਰਕਾਰੀ 'ਚ ਹੀ ਰਹੂਗਾ, ਪ੍ਰਾਈਵੇਟ 'ਚ ਉਹਨੂੰ ਜਾਣ ਦੀ ਜ਼ਰੂਰਤ ਨਹੀਂ ਪੈਣੀ। ਜੇਕਰ ਅਸੀਂ ਇਸ ਵਕਤ ਸਿਸਟਮ ਦੀ ਗੱਲ ਕਰੀਏ, ਸਿਸਟਮ ਨੂੰ ਤੁਸੀਂ ਪਹਿਲਾਂ ਬਿਜਲੀ ਦੀ ਗੱਲ ਕਰਦੇ ਹੋ, ਬਿਜਲੀ ਲੈ ਕੇ ਵੱਖ ਵੱਖ ਪਾਰਟੀਆਂ ਨੇ, ਹਾਲਾਂਕਿ ਮੌਜੂਦਾ ਪਾਰਟੀ ਨੇ, ਉਹਨਾਂ ਨੇ ਵੀ ਇੱਕ ਵੱਡਾ ਐਲਾਨ ਕੀਤਾ, ਤੁਹਾਨੂੰ ਨਹੀਂ ਲੱਗਦਾ ਵੀ ਗੇਮ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ ਜੇਕਰ ਕਾਂਗਰਸ ਉੱਥੇ ਪਹਿਲਾਂ ਕੁੰਡਲੀ ਮਾਰ ਰਹੀ ਹੈ ਤਾਂ? ਦੇਖੋ ਕਾਂਗਰਸ ਤੋਂ ਜਦੋਂ ਇਹਨਾਂ ਤੋਂ 70 ਸਾਲਾਂ 'ਚ ਕੋਈ ਕੁੰਡਲੀ ਨਹੀਂ ਵੱਜੀ, ਅੱਜ ਇਹ ਆਮ ਆਦਮੀ ਕਰ ਰਹੇ ਨੇ ਕਿ ਆਮ ਆਦਮੀ ਦੀ ਪਾਪੂਲੈਰਿਟੀ ਆ, ਲੋਕ ਆਮ ਆਦਮੀ ਦੀ ਸਰਕਾਰ ਬਣਾਉਣਾ ਚਾਹੁੰਦੇ। ਆਮ ਆਦਮੀ ਕਹਿਣ ਨਾਲ ਤੁਸੀਂ ਆਮ ਆਦਮੀ ਨਹੀਂ ਬਣੋਗੇ। ਤੁਹਾਡੀ ਕਾਂਗਰਸ ਪਾਰਟੀ ਦਾ ਸਟਾਈਲ ਕੀ ਹੈ ਸਾਰੇ ਜਾਣਦੇ ਆ। ਤੁਸੀਂ ਟੋਟਲੀ ਬਿਗ ਬਾਸ ਦੇ ਹਾਊਸ 'ਚ ਵੀ ਇੰਨਾ ਹੰਗਾਮਾ ਨਹੀਂ ਹੁੰਦਾ ਜਿੰਨਾ ਕਾਂਗਰਸ ਪਾਰਟੀ ਦੇ ਵਿੱਚ ਆ, ਜਿੰਨਾ ਇਹਨਾਂ ਨੇ ਡਰਾਮਾ ਰਚਾਇਆ ਹੋਇਆ। ਤੁਹਾਡੇ ਮੁੱਦੇ ਤਾਂ ਹਲੇ ਪਿੱਛੇ ਪਏ ਨੇ, ਇੱਧਰ ਉੱਧਰ ਦੀ ਗੱਲਾਂ ਕਿਉਂ ਕਰਦੇ ਪਏ ਹੋ? ਘਰ ਘਰ ਨੌਕਰੀ ਦੀਆਂ ਗੱਲਾਂ ਤੇ ਆ ਜਾਓ। ਤੁਸੀਂ ਦੱਸੋ ਵੀ ਸਾਰਿਆਂ ਦਾ, ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਕਿ ਨਹੀਂ ਹੋਇਆ? ਤੁਸੀਂ ਮੁੱਦੇ 'ਤੇ ਨਹੀਂ ਆ ਰਹੇ, ਤੁਸੀਂ ਹੋਰ ਆਪਣਾ ਨਵਾਂ ਕੰਮ, ਤੁਹਾਡਾ ਇੱਕ ਫਲਾਪ CM ਤੁਸੀਂ ਉਤਾਰਿਆ, ਜਿਹਦੇ ਫੇਲਡ CM ਸੀ, ਜਿਹਨੂੰ ਲੋਕਾਂ ਨੇ ਵੋਟਾਂ ਦਿੱਤੀਆਂ, ਹੁਣ ਤੁਸੀਂ ਨਵਾਂ ਬੰਦਾ ਉਤਾਰ ਦਿੱਤਾ ਐਨ ਟਾਈਮ ਉੱਤੇ। ਸੋ ਗੱਲ ਇਹ ਆ ਵੀ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਨ। 4 ਮਹੀਨਿਆਂ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਨੇ ਪਹਿਲਾਂ ਵਾਅਦੇ ਕੀਤੇ ਸਰਕਾਰ ਬਣਾਉਣ ਲਈ, ਉਹ ਪੂਰੇ ਹੋ ਰਹੇ ਆ ਉਹ ਦੱਸਣ। ਤੁਸੀਂ ਕਹਿ ਰਹੇ ਹੋ ਕਿ ਉਹ ਸਮਝੌਤਿਆਂ ਦੀ ਜਾਂ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ, ਨਵਜੋਤ ਸਿੱਧੂ ਆਪ ਕਹਿੰਦੇ ਨੇ ਮੈਂ ਪੰਜਾਬ ਦੀ ਭਲਾਈ ਲਈ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੀ ਨਹੀਂ ਕਰਨ ਨੂੰ ਤਿਆਰ। ਜਿਹਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਉਹ ਪੰਜਾਬ ਦੀ ਭਲਾਈ ਕਿਵੇਂ ਹੋ ਸਕਦੀ ਹੈ? ਇਹਨਾਂ ਦੇ ਇਕੱਲੇ CM ਦੇ ਵਿੱਚ ਥੋੜੀ ਕਰਪਟ ਸੀ ਜਾਂ CM ਫੇਲਡ ਸੀ? ਇਹਨਾਂ ਦੇ ਆਪਣੇ ਕਾਂਗਰਸ ਪਾਰਟੀ ਦੇ MLAs ਮਿਨਿਸਟਰਸ ਕਿਹੜੇ ਬੰਦਾ, ਕਿਹਨੇ ਰੈਵੋਲਿਊਸ਼ਨਰੀ ਕੰਮ ਕਰ ਦਿੱਤੇ? ਕਿਹਦਾ ਹਲਕਾ ਬੜਾ ਆਬਾਦ ਹੈ? ਕਿਹਨੇ ਬਹੁਤ ਤਕੜੇ ਕੰਮ ਕੀਤੇ ਆ? ਇਹ ਤਾਂ ਟੋਟਲੀ ਕਲੀਨ ਕਰਨ ਵਾਲੀ ਹੈ ਕਾਂਗਰਸ ਪਾਰਟੀ। ਜੇ ਤੁਸੀਂ ਕਾਂਗਰਸ ਪਾਰਟੀ ਚੂਜ਼ ਹੀ ਕਰ ਲਈ ਹੈ ਤਾਂ ਪਿੱਛੇ ਦੋ ਰਾਏ ਕੀ ਰਹਿ ਗਈ? ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਫਿਰ ਠੀਕ ਸੀ? ਨਹੀਂ, ਜਦੋਂ ਸਮਝੌਤਾ ਹੁੰਦਾ ਉਹ ਉਦੋਂ ਦੀਆਂ ਗੱਲਾਂ ਸੀ। ਗੱਲ ਇਹ ਆ ਵੀ ਉਹ ਉਹਨਾਂ ਦੀ ਮਰਜ਼ੀ ਆ, ਜਾਂ ਮੈਂ ਪਾਰਟੀ ਨਹੀਂ ਆ, ਮੈਂ ਪਾਰਟੀ ਪ੍ਰੈਜ਼ੀਡੈਂਟ ਨਹੀਂ ਆ, ਇਹ ਤਾਂ ਉਹਨਾਂ ਨੇ ਫੈਸਲਾ ਲੈਣਾ ਜਿਨ੍ਹਾਂ ਨੇ ਲੈਣਾ, ਵੀ ਅਸੀਂ ਕਿਹਨੂੰ, ਮੈਂ ਤਾਂ ਜਸਟ ਸੋਲਜਰ ਹਾਂ ਪਾਰਟੀ ਦੀ, ਠੀਕ ਹੈ ਜੀ।
ਤੇ ਇਹ ਤੇ ਗੱਲ ਇਹ ਆ ਵੀ ਪਾਰਟੀ ਚ ਆਉਣਾ ਨਾ ਆਉਣਾ ਉਹ ਸਾਈਡ ਦੀ ਗੱਲ ਆ ਗੱਲ ਆਪਾਂ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਜੇ ਤੁਸੀਂ ਕਹਿੰਦੇ ਹੋ ਫਲਾਣਾ ਬੰਦਾ ਸਹੀ ਨਹੀਂ ਲਾਇਆ ਡੀਜੀਪੀ ਸਹੀ ਨਹੀਂ ਲਾਇਆ ਆਹ ਬੰਦਾ ਸਹੀ ਨਹੀਂ ਲਾਇਆ ਬਾਕੀ ਸਹੀ ਨੇ ਤੁਹਾਡਾ ਉੱਪਰੋਂ ਜਿਹੜੇ ਸੋਨੀਆ ਰਾਹੁਲ ਹੋਰੀ ਬੈਠੇ ਨੇ ਉਹ ਸਾਰੇ ਸਹੀ ਨੇ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਪਏ ਉਹ ਸਹੀ ਨੇ ਗੱਲ ਇਹ ਆ ਵੀ ਸਹੀ ਤੇ ਗਲਤ ਦੀ ਡੈਫੀਨੇਸ਼ਨ ਕੀ ਹੈ ਦੱਸਣ ਸਾਨੂੰ ਕਹਿੰਦੇ ਨੇ ਸਿਸਟਮ ਨੂੰ ਬਦਲਣ ਦੇ ਲਈ ਜਿਹੜੇ ਲੋਕ ਸਿਸਟਮ ਦੇ ਵਿੱਚ ਪਹਿਲਾਂ ਹੀ ਕਰਪਟ ਸੀ ਉਹਨਾਂ ਨੂੰ ਬਦਲਿਆ ਜਾਵੇ ਇੱਕ ਮੰਤਰੀ ਨੂੰ ਲੈ ਕੇ ਉਹ ਕਲੇਸ਼ ਪਾ ਰਹੇ ਨੇ ਦੋ ਅਧਿਕਾਰੀਆਂ ਨੂੰ ਲੈ ਕੇ ਕਲੇਸ਼ ਪਾ ਰਹੇ ਨੇ ਨਹੀਂ ਉਹ ਕਲੇਸ਼ ਠੀਕ ਹੈ ਉਹਨਾਂ ਦਾ ਪਰ ਕਲੇਸ਼ ਹੋਰ ਵੱਡਾ ਕਰਨ ਵੀ ਸਾਰੇ ਦਾ ਸਾਰਾ ਇਹਨਾਂ ਦਾ ਟੋਟਲੀ ਐਮਐਲਏ ਚੇਂਜ ਕਰਕੇ ਨਵੇਂ ਲਾਓ ਕਾਂਗਰਸ ਦੇ ਵਿੱਚ ਜਾਂ ਤਾਂ ਟੋਟਲ ਕਲੀਨ ਕਰੋ ਸਰਕਾਰ ਦੁਆਰਾ ਬਣਾਉਣ ਦੀ ਗੱਲ ਕਰਦੇ ਹੋ ਭੰਗ ਕਰਕੇ ਤੁਸੀਂ ਤਾਂ ਲੋਕਾਂ ਤੇ ਆ ਨਹੀਂ ਲੋਕਾਂ ਤੇ ਉਹੀ ਤੇ ਗੱਲ ਆ ਨਾ ਜੀ ਲੋਕਾਂ ਨੂੰ ਵੀ ਪਤਾ ਲੋਕਾਂ ਨੂੰ ਵੀ ਸਮਝ ਆ ਗਈ ਆ ਲੋਕ ਦੇਖੋ ਇਸ ਬਰਬਾਦ ਹੋ ਜਾਣਗੇ ਸੀ ਆਲਰੇਡੀ ਪੰਜਾਬ ਬਰਬਾਦ ਹੋਇਆ ਹੋਇਆ ਰਹਿ ਕੀ ਗਿਆ ਜਲੂਸ ਨਿਕਲਿਆ ਪਿਆ ਸਾਰੇ ਨਾਸ ਮਾਰਤੇ ਨਾ ਪਾਰਟੀਆਂ ਨੇ ਖਾ ਲਿਆ ਪੰਜਾਬ ਨੂੰ ਸਾਰੇ ਅਸੀਂ ਨੌਜਵਾਨ ਬਾਹਰ ਚੱਲ ਗਏ ਆ ਇੱਕ ਪੀੜੀ ਰਹਿ ਗਈ ਆ ਉਹ 50 ਸਾਲਾਂ ਤੱਕ ਉਹ ਸਾਫ ਹੋ ਜੂ ਸਾਡੇ ਕੋਲ ਰਹਿ ਕੀ ਜਾਣਾ ਪੰਜਾਬ ਚ ਪਿੱਛੇ ਆਮ ਆਦਮੀ ਪਾਰਟੀ ਕਿੱਦਾਂ ਦੀ ਤਿਆਰੀਆਂ ਕਰ ਰਹੀ ਆ ਜੇਕਰ ਸਿਹਤ ਸੇਵਾਵਾਂ ਨੂੰ ਲੈ ਕੇ ਜਾਂ ਬਿਜਲੀ ਨੂੰ ਲੈ ਕੇ ਖਾਸ ਤੌਰ ਤੇ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਆ ਤਾਂ ਕਿਵੇਂ ਦਾ ਬਦਲਾਅ ਆਊਗਾ ਦੇਖੋ ਜਿਵੇਂ ਦਿੱਲੀ ਚ ਸਰਕਾਰ ਬਣਾਈ ਵਧੀਆ ਕੰਮ ਕੀਤੇ ਲੋਕ ਖੁਸ਼ ਨੇ ਲੋਕਾਂ ਦੀ ਲਾਈਫ ਸਟਾਈਲ ਬੈਟਰ ਆ ਹੋਰ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਹੋ ਜੂਗੀ ਜਿੰਨੇ ਵਾਅਦੇ ਕੀਤੇ ਸੀ ਉਹ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੇ ਪੂਰੇ ਕੀਤੀ ਇਹੀ ਕਾਰਨ ਆ ਕਿ ਮੈਂ ਆਮ ਆਦਮੀ ਜੁਆਇਨ ਕੀਤੀ ਇਹਨਾਂ 'ਚ ਆਸ ਹੈ ਕਿ ਇਹਨਾਂ 'ਚ ਇਮਾਨਦਾਰੀ ਦਿਖਦੀ ਆ ਪੰਜਾਬ 'ਚ ਸਰਕਾਰ ਬਣਾ ਕੇ ਇਮਾਨਦਾਰੀ ਨਾਲ ਕੰਮ ਕਰਾਂਗੇ ਸਾਰਾ ਕੁਛ ਹੋ ਜਾਂਦਾ ਚਾਹੇ ਉਹ ਖੇਤੀਬਾੜੀ ਵਿੱਚ ਆ ਚਾਹੇ ਉਹ ਹੈਲਥ ਸੈਕਟਰ 'ਚ ਆ ਚਾਹੇ ਐਜੂਕੇਸ਼ਨ ਵਿੱਚ ਆ ਜਾਂਦਾ ਇਮਾਨਦਾਰ ਬੰਦਾ ਚਾਹੀਦਾ ਨੀਤ ਚਾਹੀਦੀ ਹੈ ਵਿਜ਼ਨ ਚਾਹੀਦੀ ਆ ਐਜੂਕੇਟਡ ਲੀਡਰਸ਼ਿਪ ਚਾਹੀਦੀ ਹੈ ਦੇਖਣਾ ਆ ਕਿ ਜਿਸ ਤਰੀਕੇ ਦੇ ਨਾਲ ਗਰੰਟੀਆਂ ਦਿੱਤੀਆਂ ਜਾ ਰਹੀਆਂ ਉਹ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਕੁ ਪਸੰਦ ਆਉਂਦੀਆਂ ਤੇ ਫਤਵਾ 2022 ਦੇ ਵਿੱਚ ਕਿਸ ਦੇ ਹੱਕ ਵਿੱਚ ਜਾਂਦਾ ਮੈਂ ਸੁਰਖਾਬ ਆਪਣੇ ਸਹਿਯੋਗੀ ਦਲਜੀਤ ਦੇ ਨਾਲ ਰੋਜ਼ਾਨਾ ਸਪੋਕਸਮੈਨ ਲੁਧਿਆਣਾ